ਨਮਸਤੇ, ਸਤਿ ਸ੍ਰੀ ਅਕਾਲ। ਮਾਈ ਪੰਜਾਬੀ ਟੀ ਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਪੰਜਾਬ ਪੁਲਿਸ ਜਿਹੜੀ ਸੂਬੇ ਦੇ ਅੰਦਰ ਕਾਨੂੰਨ ਵਿਵਸਥਾ ਕਾਬੂ ਹੇਠ ਹੋਣ ਦੀ ਗੱਲ ਆਖਦੇ ਹੋਏ ਨਹੀਂ ਥੱਕਦੀ, ਉਸੇ ਦੇ ਦਾਅਵੇ ਦੀਆਂ ਧੱਜੀਆਂ ਉੜਦੀਆਂ ਹੋਈਆਂ ਵੇਖੀਆਂ ਗਈਆਂ ਤਰਨ ਤਾਰਨ ਸ਼ਹਿਰ ਦੇ ਲੱਗਦੇ ਮੋਗਾ ਰੋਡ ਦੇ ਉੱਤੇ, ਜਿੱਥੇ ਸ਼ਹਿਰ ਦੇ ਬਾਹਰ ਇੱਕ ਡੈਂਟਿੰਗ ਪੇਂਟਿੰਗ ਦੀ ਦੁਕਾਨ 'ਤੇ ਕੁਛ ਅਣਪਛਾਤੇ ਅਤੇ ਮਾੜੇ ਅਨਸਰਾਂ ਨੇ ਪੁੱਜ ਕੇ ਜੋ ਕੀਤਾ ਉਸ ਦੀ ਗਵਾਹੀ ਦੇ ਰਹੀਆਂ ਹਨ CCTV ਤਸਵੀਰਾਂ। ਡੈਂਟਿੰਗ ਪੇਂਟਿੰਗ ਦੀ ਇੱਕ ਦੁਕਾਨ 'ਤੇ ਪੁੱਜੇ ਇਹਨਾਂ ਲੋਕਾਂ ਨੇ ਉੱਥੇ ਖੜ੍ਹੀਆਂ ਗੱਡੀਆਂ ਦੇ ਵਿੱਚ ਭੰਨ ਤੋੜ ਕੀਤੀ ਅਤੇ ਬੇਹੱਦ ਨੁਕਸਾਨ ਕਰ ਦਿੱਤਾ। ਇਸ ਪੂਰੇ ਮਾਮਲੇ ਨੂੰ ਤੁਸੀਂ CCTV ਦੀਆਂ ਤਸਵੀਰਾਂ ਰਾਹੀਂ ਸਮਝ ਸਕਦੇ ਹੋ। ਦੂਜੇ ਪਾਸੇ ਮੌਕੇ 'ਤੇ ਦੁਕਾਨਦਾਰ ਮੌਜੂਦ ਨਹੀਂ ਸੀ, ਉਹ ਕਿਤੇ ਪਾਸੇ ਸੀ, ਤਾਂ ਹੀ ਸ਼ਾਇਦ ਉਸ ਦੀ ਜਾਨ ਬਚ ਗਈ, ਨਹੀਂ ਤਾਂ ਇੱਥੇ ਕੁਝ ਵੀ ਵਾਪਰ ਸਕਦਾ ਸੀ। ਗੱਲਬਾਤ ਭਾਅ ਜੀ, ਕੱਲ੍ਹ ਬੰਦੇ ਆਏ 5-7 ਦਸ ਜਣੇ ਸੀ ਅਤੇ ਦੁਕਾਨ 'ਤੇ ਆ ਕੇ ਤੋੜ ਭੰਨ ਚਾਲੂ ਕਰਤੀ ਆ, ਅਤੇ ਮੈਨੂੰ ਇਸ ਚੀਜ਼ ਦਾ ਕੋਈ ਹੈਗਾ ਨਹੀਂ ਪਤਾ। ਮੈਂ ਬੜਾ ਪਾਸੇ ਅਤੇ ਗੱਡੀਆਂ 'ਚ ਤੋੜ ਭੰਨ ਵਾਹਵਾ ਨੁਕਸਾਨ ਬਹੁਤ ਜ਼ਿਆਦਾ ਕਰ ਗਿਆ। ਗੱਡੀਆਂ 4-5 ਗੱਡੀਆਂ ਦੀ ਕਰਤੀ ਹੈ ਜੀ, ਬਾਕੀ ਹੋਰ ਸਮਾਨ ਮੀਟਰ ਬੈਠ ਰਹੇ ਦੁਕਾਨ ਦੁਕਾਨ 'ਚ ਵਾਹਵਾ ਤੋੜ ਭੰਨ ਕੀਤੀ ਹੈ ਜੀ। ਨਹੀਂ, ਗੱਡੀਆਂ ਗਾਹਕਾਂ ਦੀਆਂ ਜੀ। ਮੰਗ ਇਹੋ ਕਰਦੇ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਹੱਲ ਹੋਵੇ, ਸਾਰਾ ਮਸਲਾ ਹੋਵੇ। ਬਾਕੀ ਸਾਨੂੰ ਆਪ ਨੂੰ ਵੀ ਡਰ ਆ, ਮਤਲਬ ਕਿ ਇੱਦਾਂ ਜਿੱਦਾਂ ਗੱਡੀਆਂ ਤੋੜ ਭੰਨ ਆਏ ਆ ਸਾਡਾ ਵੀ ਨੁਕਸਾਨ ਕਰ ਸਕਦੇ ਸੀ, ਅਤੇ ਅਸੀਂ ਆਪ ਵਾਲਾ ਬੜਾ ਭੱਜ ਕੇ ਪਛਾਣ ਆਏ। ਫੋਟੋ 'ਚ ਸਾਹਮਣੇ ਹੈਗੇ ਕੈਮਰੇ 'ਚ ਜੀ, ਪੁਲਿਸ ਆਈ ਮੁੜ ਕੇ ਸੱਦੀ ਜੀ, ਉਹ ਵੇਖ ਕੇ ਗਏ ਮੌਕਾ ਸਾਰਾ, ਅਤੇ ਆਪਾਂ ਨੂੰ ਇਹੋ ਹੀ ਆ ਵੀ ਆਪਣਾ ਇਨਸਾਫ ਹੋਵੇ। ਹਾਂਜੀ ਹਾਂਜੀ, ਕਰਾਤੀ ਹੈ ਜੀ। ਇਹ ਗੱਲਬਾਤ ਭਾਈ, ਅਸੀਂ ਤਾਂ ਕੰਮ ਕਰਨ ਡੇ, ਮੇਰੇ ਨਾਲ ਹੀ ਦੁਕਾਨ ਹੈ ਜੀ, ਇਹ ਵੀਰ ਦੀਆਂ ਗੱਡੀਆਂ ਬੰਦੇ ਕੰਮ ਕਰਨ ਡੇ ਜੀ ਵਧੀਆ, ਅਤੇ 5-7 ਮੁੰਡੇ ਆਏ ਆ ਜੀ, ਇਹ ਗੱਡੀਆਂ ਨੂੰ ਭੰਨਣ ਲੱਗ ਪਏ। ਸਾਨੂੰ ਤਾਂ ਪਤਾ ਹੀ ਨਹੀਂ ਵੀ ਗੱਲ ਕੀ ਆ, ਅਤੇ ਅੰਦਰੋਂ ਵੀ ਨੁਕਸਾਨ ਕੀਤਾ ਬਹੁਤ, ਅਤੇ ਗੱਡੀਆਂ ਦਾ ਬਹੁਤ ਭੰਨ ਤੋੜ ਕੀਤੀ ਜੀ। ਫਿਰ ਮੁੜ ਕੇ ਅਸੀਂ ਪੁਲਿਸ ਸੱਦੀ ਹੈ, ਰਿਪੋਰਟ ਲਿਖਾਈ, ਅਤੇ ਮੁੜ ਕੇ ਆ ਕੇ ਅਤੇ ਵੇਖ ਕੇ ਮੌਕਾ ਚਲ ਗਏ ਜੀ। ਗੱਡੀਆਂ ਗਾਹਕਾਂ ਦੀਆਂ ਜੀ ਸਾਰੀਆਂ ਜੀ, ਤਿਆਰ ਹੋਣ ਡੀਆਂ। ਹਾਂਜੀ, ਕੰਮ ਇਹ ਡੈਂਟ ਪੈਂਟ ਦੀ ਦੁਕਾਨ ਹੈ ਜੀ, ਗੱਡੀ ਦੀ ਬਹੁਤ ਨੁਕਸਾਨ ਹੋਇਆ ਜੀ, 4-5 ਗੱਡੀਆਂ ਭੰਨੀ ਗਏ ਪੂਰੀਆਂ ਜੀ, ਟੋਟਲ ਲੋਸ ਕਰ ਗਏ। ਸਾਡੀ ਇਹ ਹੈ ਕਿ ਜਿਹੜਾ ਨੁਕਸਾਨ ਉਹ ਪੂਰਾ ਭਰਿਆ ਜਾਵੇ, ਸਾਡਾ ਹੱਕ ਸਾਨੂੰ ਮਿਲੇ ਜੀ, ਸਾਡੀ ਇਹੋ ਮੰਗ ਹੈ ਜੀ। ਘਟਨਾ ਦੀ ਸੂਚਨਾ ਪਾ ਮੌਕੇ 'ਤੇ ਪੁੱਜੀ ਪੁਲਿਸ ਆਪਣੀ ਕਾਰਵਾਈ ਕਰਨ ਦੀ ਗੱਲ ਤਾਂ ਆਖ ਰਹੀ ਹੈ। ਉਸ ਦਾ ਕਹਿਣਾ ਕਿ CCTV ਦੇ ਰਾਹੀਂ ਉਹ ਇਹਨਾਂ ਲੋਕਾਂ ਦੀ ਪਛਾਣ ਕਰਦੇ ਹੋਏ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰੇਗੀ ਅਤੇ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰੇਗੀ। ਲੇਕਿਨ ਦੂਜੇ ਪਾਸੇ ਪੁਲਿਸ ਦਾ ਇਹ ਵੀ ਆਖਣਾ ਹੈ ਕਿ ਇਸ ਕਾਰਵਾਈ ਨੂੰ ਪੂਰੀ ਮੁਸਤੈਦੀ ਨਾਲ ਉਹ ਤਾਂ ਹੀ ਅੰਜਾਮ ਦੇ ਪਾਏਗੀ ਜੇਕਰ ਦੁਕਾਨਦਾਰ ਲਿਖਤ ਵਿੱਚ ਕੰਪਲੇਂਟ ਦੇਵੇ। ਯਾਨੀ ਕਿ ਪੁਲਿਸ ਦਾ ਸਾਫ਼ ਤੌਰ 'ਤੇ ਆਖਣਾ ਕਿ ਜਿਸ ਦੀ ਦੁਕਾਨ ਦੇ ਉੱਤੇ ਪੁੱਜ ਕੇ ਇਹਨਾਂ ਲੋਕਾਂ ਨੇ ਭੰਨ ਤੋੜ ਕੀਤੀ ਹੈ, ਉਸ ਦੁਕਾਨਦਾਰ ਵੱਲੋਂ ਹਾਲੇ ਤੱਕ ਕਿਸੇ ਤਰੀਕੇ ਦੀ ਕੰਪਲੇਂਟ ਦਰਜ ਨਹੀਂ ਕਰਵਾਈ ਗਈ। ਇਸ ਸੰਬੰਧੀ CCTV ਫੁਟੇਜ 'ਤੇ ਜ਼ਰੂਰ ਵੇਖੀ ਹੈ, ਪਰ ਇਹ ਅਜੇ ਤੱਕ ਸਾਡੇ ਕੋਈ ਰਿਟਨ ਕੰਪਲੇਂਟ ਨਹੀਂ ਕਿਸੇ ਨੇ ਦਰਜ ਕਰਵਾਈ। ਜਦੋਂ ਕੋਈ ਕੰਪਲੇਂਟ ਦਰਜ ਕਰਾਏਗਾ ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ। ਠੀਕ ਹੈ, ਇਹ ਗੱਲ ਜੇ ਮੌਕਾ ਵੇਖਿਆ ਗਿਆ ਤਾਂ ਕਾਰਵਾਈ ਵੀ ਹੋਊਗੀ, ਪਰ ਕੰਪਲੇਂਟ ਤਾਂ ਐਟਲੀਸਟ ਰਿਟਨ ਦੇ ਵਿੱਚ ਤਾਂ ਆਵੇ। ਮੰਨਿਆ ਜਾ ਸਕਦਾ ਕਿ ਭਾਵੇਂ ਉਸ ਦੁਕਾਨਦਾਰ ਵੱਲੋਂ ਕੰਪਲੇਂਟ ਦਰਜ ਨਹੀਂ ਕਰਵਾਈ ਗਈ, ਹੋ ਸਕਦਾ ਉਹਦੇ ਦਿਲ ਵਿੱਚ ਦਹਿਸ਼ਤ ਬੈਠ ਗਈ ਹੋਵੇ ਜਾਂ ਇਹਨਾਂ ਮਾੜੇ ਅਨਸਰਾਂ ਅਤੇ ਅਪਰਾਧੀਆਂ ਦਾ ਕੋਈ ਖੌਫ ਹੋਵੇ। ਲੇਕਿਨ ਪੁਲਿਸ ਨੂੰ ਆਪਣਾ ਫਰਜ਼ ਨਿਭਾਉਂਦੇ ਹੋਏ, ਆਪਣੀ ਵਰਦੀ ਦੀ ਸਾਖ ਨੂੰ ਬਰਕਰਾਰ ਰੱਖਦੇ ਹੋਏ ਅਜਿਹੀ ਕਾਰਵਾਈ ਨੂੰ ਅੰਜਾਮ ਦੇਣਾ ਹੈ ਤਾਂ ਕਿ ਕੋਈ ਹੋਰ ਦੂਜੇ ਲੋਕ ਅਤੇ ਅਪਰਾਧੀ ਕਿਸਮ ਦੇ ਅਨਸਰ ਅਜਿਹੀ ਹਰਕਤ ਕਰਨ ਦੀ ਸੋਚ ਵੀ ਨਾ ਸਕਣ। ਪੁਲਿਸ ਦਾ ਫਰਜ਼ ਬਣਦਾ ਹੈ
ਕਾਨੂੰਨ ਵਿਵਸਥਾ ਨੂੰ ਚਾਕ ਚਬੰਦ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ। ਲਿਹਾਜ਼ਾ ਇਸ ਮਾਮਲੇ ਵਿੱਚ ਵੀ ਕਾਰਵਾਈ ਕਰਦੇ ਹੋਏ ਮਾੜੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਉਸ ਦੇ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ।